ਕਿਵੇਂ ਤੁਸੀਂ ਰਾਜਨੀਤੀ ਦੇ ਵਿੱਚ ਆਏ? ਕੀ ਤੁਹਾਡਾ ਕੋਈ ਪਰਿਵਾਰ ਇਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਜਾਂ ਕਿਤੇ ਹੋਰ ਰਾਜਨੀਤੀ ਦੇ ਵਿੱਚ? ਪਰ ਇੱਥੇ ਆ ਕੇ ਮੈਨੂੰ 5 ਸਾਲ ਹੋ ਗਏ ਨੇ ਪਾਰਟੀ ਨਾਲ ਲੱਗੇ ਹੋਏ ਨੂੰ ਚੈਂਤਰੋ ਦੇਸਰਾ ਦੇ ਨਾਲ, ਅਤੇ ਇਸ ਕਰਕੇ ਫਿਰ ਮੂਡ ਬਣ ਗਿਆ। ਨਾਲੇ ਉਹਨਾਂ ਨੇ ਵੀ ਸਲਾਹ ਵੀ ਦਿੱਤੀ ਸੋਹਣੀ ਕਿ ਤੁਸੀਂ ਜੇ ਆਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਸੀਟ ਔਫਰ ਕਰਨੇ ਹਾਂ। ਜੇਕਰ ਗੱਲ ਕਰੀਏ ਤਾਂ ਕਿੰਨੀਆਂ ਕੁ ਵੋਟਾਂ ਹੈਗੀਆਂ ਆਪਣੇ ਕਮਿਊਨਿਟੀ? ਟੋਟਲ ਸਾਡੇ ਕੋਲ ਵੋਟ ਹੈ 730, ਜਿਹਦੇ ਵਿੱਚੋਂ ਜਿਹੜੇ ਲੋਕ ਇਟਲੀ ਨੂੰ ਛੱਡ ਕੇ ਕੋਈ ਜਰਮਨ, ਕੋਈ ਫਰਾਂਸ, ਕੋਈ ਜਿਵੇਂ ਇੰਗਲੈਂਡ ਚਲਾ ਗਿਆ, ਅਤੇ ਉਹ ਨੇ 143। ਬਕਾਇਆ ਸਾਡੇ ਕੋਲ ਸਿਰਫ ਬਚਦਾ 587 ਵੋਟ। 87 ਵੋਟਾਂ ਦੇ ਆਸਰੇ ਇੱਥੇ 3 ਉਮੀਦਵਾਰ ਖੜ੍ਹੇ, ਕਿਵੇਂ ਲੱਗਦਾ? ਵੀ ਮੇਰੇ ਕੋਲ ਇੱਕ ਮੁੱਦਾ ਹੈ ਕਿ ਮੈਂ ਜਾ ਕੇ ਲੋਕਾਂ ਦੇ ਵਿੱਚ ਵਿਚਰਾਂ, ਕਿਉਂਕਿ ਉਹਨਾਂ ਨੇ ਮੈਨੂੰ 3 ਮਹੀਨੇ ਪਹਿਲਾਂ ਕਿਹਾ ਸੀ ਤੂੰ ਪ੍ਰਚਾਰ ਸ਼ੁਰੂ ਕਰ ਸਕਣਾ, ਵੋਟਾਂ ਇਕੱਠੀਆਂ ਕਰ ਅਤੇ ਸਾਰਿਆਂ ਨੂੰ ਆਪਣੀਆਂ ਉਹਨਾਂ ਦੀਆਂ ਪ੍ਰੋਬਲਮਾਂ ਨੇ ਉਹ ਸੁਣ ਅਤੇ ਆਪਣੇ ਬਾਰੇ ਦੱਸ ਵੀ ਅਸੀਂ ਇਹ ਕੰਮ ਕਰਾ ਸਕਦੇ ਹਾਂ। ਮੇਰੀ ਪੂਰੀ ਸੋਚ ਸੀ ਕਿ ਮੈਂ ਸ਼ਾਇਦ ਇਕੱਲਾ ਹੀ ਕੈਂਡੀਡੇਟ ਖੜਾਂਗਾ ਅਤੇ ਮੈਂ ਇਕੱਲਾ ਹੀ ਲੈ ਕੇ ਅਤੇ ਵੋਟ ਸੋਹਣੀ ਮਿਲ ਜਾਏਗੀ ਅਤੇ ਮੈਂ ਸਾਰਿਆਂ ਦੀ ਮੁਸ਼ਕਲਾਂ ਹੱਲ ਕਰ ਸਕਦਾ। ਘੱਟ ਤੋਂ ਘੱਟ 400 ਵੋਟ, 401 ਵੋਟ ਹੁੰਦੀ ਹੈ ਅਤੇ ਅਸੀਂ ਕੈਂਡੀਡੇਟ ਵਜੋਂ ਅੰਦਰ ਜਾ ਕੇ ਆਪਣੀ ਆਵਾਜ਼ ਵੀ ਦੇ ਸਕਦੇ ਹਾਂ, ਹਰ ਚੀਜ਼ ਦਾ ਹੱਲ ਕਰ ਸਕਦੇ ਹਾਂ, ਕਿਉਂਕਿ ਇੱਕ ਸਲਾਹਕਾਰ। ਸਾਰੇ ਮੇਰਾ ਬੜਾ ਮਤਲਬ ਸਤਿਕਾਰ ਕਰਦੇ ਨੇ ਕਿ ਕਮਰਧਾਰੀ ਸਿੰਘ ਹੋਣ ਕਰਕੇ, 23 ਸਾਲ ਤੋਂ ਬਰੇਸ਼ਿਆ ਸ਼ਹਿਰ ਦੇ ਵਿੱਚ ਹੀ ਹੋਣ ਕਰਕੇ ਸਾਰੇ ਪਸੰਦ ਕਰਦੇ ਨੇ ਅਤੇ ਸਾਰੇ ਮੇਰੀ ਆਵਾਜ਼ ਬਣੇ ਹੋਏ ਨੇ ਅਤੇ ਮੈਨੂੰ ਵੱਧ ਤੋਂ ਵੱਧ ਸਪੋਰਟ ਵੀ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। 14-15 ਮਈ ਨੂੰ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਕਮੂਨੇ ਦੀ ਬਰੇਸ਼ੀਆ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਇਹਨਾਂ ਚੋਣਾਂ ਦੇ ਵਿੱਚ ਬਰੇਸ਼ੀਆ ਤੋਂ 3 ਸਿੱਖ ਉਮੀਦਵਾਰ ਇਹ ਚੋਣ ਲੜਨ ਜਾ ਰਹੇ ਨੇ, ਜਿਨ੍ਹਾਂ ਵਿੱਚੋਂ ਸਰਦਾਰ ਬਲਵਿੰਦਰ ਸਿੰਘ ਜੀ ਜਿਹੜੇ ਕਿ ਇਸ ਚੋਣ ਵਿੱਚ ਹੀ ਉਮੀਦਵਾਰ ਵਜੋਂ ਖੜ੍ਹੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਬਲਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। D5 ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ। ਬਲਵਿੰਦਰ ਜੀ, ਸਰ ਨਾਲ ਪਹਿਲਾਂ ਆਪਾਂ ਗੱਲਬਾਤ ਕਰੀਏ, ਕਿਹੜੀ ਪਾਰਟੀ ਤੋਂ ਤੁਸੀਂ ਚੋਣ ਲੜ ਰਹੇ ਹੋ? ਮੈਂ ਜੀ ਫਾਬੀਓ ਰੋਲਫੀ ਦੇਸ ਤਰ੍ਹਾਂ। ਬਲਵਿੰਦਰ ਜੀ, ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਪਿਛੋਕੜ ਦੀ ਗੱਲ ਕਰੀਏ, ਤੁਸੀਂ ਇੰਡੀਆ ਤੋਂ ਕਿਸ ਜਗ੍ਹਾ ਤੋਂ ਅਤੇ ਇਟਲੀ ਤੁਸੀਂ ਕਦੋਂ ਆਏ? ਮੈਂ ਜੀ 2001 25-7-2001 ਨੂੰ ਇੱਥੇ ਆਇਆ ਸੀ। ਇਟਲੀ ਦੇ ਵਿੱਚ ਕਿਵੇਂ ਤੁਸੀਂ ਰਾਜਨੀਤੀ ਦੇ ਵਿੱਚ ਆਏ? ਕੀ ਤੁਹਾਡਾ ਕੋਈ ਪਰਿਵਾਰ ਇਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਜਾਂ ਕਿਤੇ ਹੋਰ ਰਾਜਨੀਤੀ ਦੇ ਵਿੱਚ ਸੀ? ਨਹੀਂ ਜੀ, ਸਾਡਾ ਡੈਡੀ ਨੇ ਇੱਕ ਵਾਰੀ ਸਿਰਫ ਮੈਂਬਰੀ ਦੀ ਚੋਣ ਲੜੀ ਸੀ ਅਤੇ ਉਸ ਤੋਂ ਬਾਅਦ ਕੋਈ ਅਸੀਂ ਇਲੈਕਸ਼ਨ ਨਹੀਂ ਲੜਿਆ ਹੈਗਾ। ਪਰ ਇੱਥੇ ਆ ਕੇ ਮੈਨੂੰ 5 ਸਾਲ ਹੋ ਗਏ ਨੇ ਪਾਰਟੀ ਨਾਲ ਲੱਗੇ ਹੋਏ ਨੂੰ ਚੈਂਤਰੋ ਦੇਸਰਾ ਦੇ ਨਾਲ, ਅਤੇ ਇਸ ਕਰਕੇ ਫਿਰ ਮੂਡ ਬਣ ਗਿਆ। ਨਾਲੇ ਉਹਨਾਂ ਨੇ ਵੀ ਸਲਾਹ ਵੀ ਦਿੱਤੀ ਸੋਹਣੀ ਕਿ ਤੁਸੀਂ ਜੇ ਆਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਸੀਟ ਔਫਰ ਕਰਨੇ ਆ, ਕਿਉਂਕਿ ਸਿੱਖ ਕਾਫੀ ਇੱਥੇ ਹੋਣ ਕਰਕੇ ਅਤੇ ਉਹਨਾਂ ਨੂੰ ਤਾਂ ਇਹ ਸੀ ਵੀ ਸਾਰਿਆਂ ਕੋਲ ਸ਼ਾਇਦ ਨੈਸ਼ਨੈਲਿਟੀ ਹੈ, ਅਤੇ ਜਦਕਿ ਨੈਸ਼ਨੈਲਿਟੀ ਸਾਡੇ ਥੋੜ੍ਹੇ ਲੋਕਾਂ ਕੋਲ ਹੀ ਹੈ, ਪਰ ਉਹ ਫਿਰ ਵੀ ਗੁਜ਼ਾਰੇ ਜੋ ਹੀ ਹੈ ਵੇ, ਅਤੇ ਆਸ ਕਰਨੇ ਹਾਂ ਕਿ ਸਾਰੇ ਵੱਧ ਤੋਂ ਵੱਧ ਵੋਟਾਂ ਦੇਣਗੇ। ਜੇਕਰ ਗੱਲ ਕਰੀਏ ਤਾਂ ਕਿੰਨੀਆਂ ਕੁ ਵੋਟਾਂ ਹੈਗੀਆਂ ਆਪਣੇ ਕਮਿਊਨਿਟੀ ਦੇ ਲੋਕਾਂ? ਦੇਖੋ ਵੀਰ ਜੀ, ਝੂਠ ਤਾਂ ਹੈ ਨਹੀਂ, ਮੇਰੇ ਕੋਲ ਲਿਖਤ ਕੋਲ ਹੈ, ਕਿਉਂਕਿ ਮੈਂ ਆਪਣੀ ਪਾਰਟੀ ਕੋਲੋਂ ਪੂਰਾ ਸਤੰਪਾ ਮੰਗਿਆ ਸੀ, ਉਹਨਾਂ ਨੇ ਮੈਨੂੰ PDF ਭੇਜਿਆ ਸੀ, ਜਿਸ ਨੂੰ ਮੈਂ ਆ ਵੇਖੋ ਜੀ ਸਤੰਪਾ ਕਰਕੇ ਵੀ ਰੱਖਿਆ ਹੋਇਆ। ਟੋਟਲ ਸਾਡੇ ਕੋਲ ਵੋਟ ਹੈ 730, ਜਿਹਦੇ ਵਿੱਚੋਂ ਜਿਹੜੇ ਲੋਕ ਇਟਲੀ ਨੂੰ ਛੱਡ ਕੇ ਕੋਈ ਜਰਮਨ, ਕੋਈ ਫਰਾਂਸ, ਕੋਈ ਜਿਵੇਂ ਇੰਗਲੈਂਡ ਚਲਾ ਗਿਆ, ਅਤੇ ਉਹ ਨੇ 143। ਬਕਾਇਆ ਸਾਡੇ ਕੋਲ ਸਿਰਫ ਬਚਦਾ 587 ਵੋਟ। 587 ਵੋਟਾਂ ਦੇ ਆਸਰੇ ਇੱਥੇ 3 ਉਮੀਦਵਾਰ ਖੜ੍ਹੇ ਨੇ, ਕਿਵੇਂ ਲੱਗਦਾ ਤੁਹਾਨੂੰ? ਦੇਖੋ ਵੀਰ ਜੀ, ਮੇਨ ਗੱਲ ਤਾਂ ਇਹ ਵੇ ਕਿ ਮੈਨੂੰ 3 ਮਹੀਨੇ ਹੋ ਗਏ ਨੇ ਸੀਟ ਦੇ ਮੱਲ ਮਾਰੀ ਨੂੰ, ਮੇਰੀ ਪਾਰਟੀ ਨੇ ਲਿਖਤੀ ਰੂਪ ਵੀ ਮੇਰੇ ਕੋਲ ਦਿੱਤਾ ਹੋਇਆ ਵੇ, ਸਤੰਪਾ ਮੇਰੇ ਕੋਲ ਹੈ, ਕਿਉਂਕਿ ਮੈਨੂੰ ਵੀ ਕਿਸੇ ਨੇ ਕਹਿ ਦਿੱਤਾ ਸੀ ਕਿ ਤੂੰ ਖੜ੍ਹ ਤੇ ਗਿਆ ਹੈ ਅਤੇ ਹੋ ਸਕਦਾ ਕੋਈ ਕੱਲ੍ਹ ਨੂੰ ਹੋਰ ਪਾਰਟੀ ਉੱਠਦੀ ਹੈ ਅਤੇ ਤੇਰੀ ਸੀਟ ਕੈਂਸਲ ਕਰਾ ਸਕਦੀ ਹੈ, ਅਤੇ ਮੈਂ ਉਹ ਡਰ ਤੋਂ, ਡਰ ਵੀ ਸੱਚਾ ਸੀ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹਰ ਥਾਂ 'ਤੇ ਐਂਟੀ ਹੁੰਦੇ ਨੇ, ਅਤੇ ਮੈਂ ਆਪਣੀ ਪਾਰਟੀ ਨਾਲ ਗੱਲ ਕੀਤੀ ਕਿ ਮੈਨੂੰ ਇੱਕ ਸਤੰਪਾ ਚਾਹੀਦਾ ਜਿਹਦੇ ਨਾਲ ਮੈਂ ਦਾਅਵਾ ਹੋਵੇ ਮੇਰੇ ਕੋਲ, ਵੀ ਮੇਰੇ ਕੋਲ ਇੱਕ ਮੁੱਦਾ ਹੈ ਕਿ ਮੈਂ ਜਾ ਕੇ ਲੋਕਾਂ ਦੇ ਵਿੱਚ ਵਿਚਰਾਂ, ਕਿਉਂਕਿ ਉਹਨਾਂ ਨੇ ਮੈਨੂੰ 3 ਮਹੀਨੇ ਪਹਿਲਾਂ ਕਿਹਾ ਸੀ ਤੂੰ ਪ੍ਰਚਾਰ ਸ਼ੁਰੂ ਕਰ ਸਕਣਾ, ਵੋਟਾਂ ਇਕੱਠੀਆਂ ਕਰ ਅਤੇ ਸਾਰਿਆਂ ਨੂੰ ਆਪਣੀਆਂ ਉਹਨਾਂ ਦੀਆਂ ਪ੍ਰੋਬਲਮਾਂ ਨੇ ਉਹ ਸੁਣ ਅਤੇ ਆਪਣੇ ਬਾਰੇ ਦੱਸ ਵੀ ਅਸੀਂ ਇਹ ਕੰਮ ਕਰਾ ਸਕਦੇ ਹਾਂ, ਅਤੇ ਫਿਰ ਮੈਂ ਉਹਨਾਂ ਕੋਲ ਲਿਖਤੀ ਰੂਪ ਵੀ ਲੈ ਕੇ ਅਤੇ ਫਿਰ ਉਸ ਤੋਂ ਬਾਅਦ ਮੈਂ ਪ੍ਰਚਾਰ ਸ਼ੁਰੂ ਕੀਤਾ ਸੀ, ਕਿਉਂਕਿ ਮੈਨੂੰ ਡਰ ਸੀ ਵੀ ਕਿਤੇ ਹੋ ਸਕਦਾ ਮੈਂ ਵੈਸੇ ਹੀ ਪ੍ਰਚਾਰ ਕਰੀ ਜਾਵਾਂ ਅਤੇ ਕੱਲ੍ਹ ਸੀਟ ਕੋਈ ਹੋਰ ਲੈ ਜੇ। ਕਿੰਨੇ ਸਮੇਂ ਤੋਂ ਤੁਸੀਂ ਇਹ ਜਿਹੜੀ ਚੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ? ਮੈਂ ਜੀ ਇਹਨਾਂ ਦੀ ਜਿਹੜੀ ਚੋਣ ਦੀ ਤਿਆਰੀ ਹੈ ਜਨਵਰੀ ਤੋਂ ਸ਼ੁਰੂ ਕੀਤੀ ਹੈ। ਜਨਵਰੀ ਦੇ ਵਿੱਚ ਜਦੋਂ ਇਹਨਾਂ ਨੇ ਰਜੋਨੇ ਲੋਂਬਰ ਦੀ ਦੀਆਂ ਵੋਟਾਂ ਪੈਣੀਆਂ ਸੀ ਨਾ,
तो मैं उदों तो ही अपना पूरा फोकस इन्हें रखा सी। सब तो पहला जिवें सिंह आकाशदीप खड़ा सी ना, मैं उन्हें एक मेरी अख सी भी मैं देखा उन्होंने लोग किस तरह पसंद करते हैं, तो उन्होंने एक दस्तार बने होने करके एक नौजवान बच्चा होने करके उन्होंने काफ़ी वोटा पी जिमें 1628 वोटा के लगभग पईं। तो उस तो बाद फिर मेरा पूरा यकीन हो गया कि लोग सानू पसंद करते हैं, तो सानू इत्थे आवाज़ उठानी चाहिए है। नाले जिहड़े मेन मुद्दे ने ना जी, ये मुद्दे साढ़े ताई ही हल होने ने जे असी जित के अंदर जाने। तो मेरी पूरी सोच सी कि मैं शायद कल्ला ही कैंडीडेट खड़ांगा, तो मैं कल्ला लै के तो वोट सोनी मिल जाएगी, तो मैं सारे दी मुश्किलां हल कर सकना वा। हुण तुसी जिहड़ी अपनी वोट जिवें तुसी दस्से 587 वोटां ने, किन्ने परसेंट वोट आ जिहड़ी कि तुहानू इस सीट तो जितवा सकती है? ਇਹ ਘੱਟ ਤੋਂ ਘੱਟ ਜੀ 400 ਵੋਟ, ਘੱਟ ਤੋਂ ਘੱਟ 400 ਵੋਟ, 401 ਵੋਟ ਹੁੰਦੀ ਹੈ, ਅਤੇ ਅਸੀਂ ਕੈਂਡੀਡੇਟ ਵਜੋਂ ਅੰਦਰ ਜਾ ਕੇ ਆਪਣੀ ਆਵਾਜ਼ ਵੀ ਦੇ ਸਕਦੇ ਹਾਂ, ਹਰ ਚੀਜ਼ ਦਾ ਹੱਲ ਕਰ ਸਕਦੇ ਹਾਂ, ਕਿਉਂਕਿ ਇੱਕ ਸਲਾਹਕਾਰ ਹਾਂ ਅਸੀਂ, ਉਹਨਾਂ ਨੂੰ ਸਲਾਹਾਂ ਦੇ ਹਾਂ ਵੀ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰੋ, ਕਿਉਂਕਿ ਜੇ ਜਿੱਤ ਕੇ ਅੰਦਰ ਜਾਂਦੇ ਹਾਂ ਤਾਂ ਹੱਲ ਹੈ ਨਹੀਂ, ਜੇ ਜਿੱਤ ਕੇ ਅੰਦਰ ਨਹੀਂ ਜਾਂਦੇ ਤਾਂ ਕੋਈ ਵੀ ਹੱਲ ਨਹੀਂ ਹੈਗਾ। ਕਿਸ ਤਰ੍ਹਾਂ ਦਾ ਪ੍ਰਚਾਰ ਹੁਣ ਤੁਸੀਂ ਕਰ ਰਹੇ ਹੋ ਹਾਲੇ? ਅਸੀਂ ਜੀ ਆਪਣਾ ਵੱਧ ਚੜ੍ਹ ਕੇ ਜਿਸ ਤਰ੍ਹਾਂ ਲਾ ਲਓ ਟਿਕਟੋਕ ਹੋ ਗਿਆ, ਫੇਸਬੁੱਕ ਹੋ ਗਿਆ, ਜਾਂ ਜਿਸ ਤਰ੍ਹਾਂ ਮੂੰਹ ਪਿਆਰ ਵਾਲੇ ਨੇ ਉਹਨਾਂ ਨਾਲ ਫੋਨ 'ਤੇ ਕੰਟੈਕਟ ਕਰਨਾ ਜਾਂ ਮਿਲ ਕੇ ਉਹਨਾਂ ਨਾਲ ਗੱਲ ਕਰਨੀ। ਇੱਕ ਸਾਫ਼ ਸੁਥਰੀ ਨੀਤੀ, ਕੋਈ ਕਿਸੇ ਨੂੰ ਨਸ਼ਾ ਪੱਤਾ ਨਹੀਂ, ਕੋਈ ਕਿਸੇ ਨੂੰ ਖਾਣ ਪਿਆਣ ਦਾ ਲਾਲਚ ਨਹੀਂ, ਕੁਛ ਨਹੀਂ, ਕਦੇ ਕਫੇ ਤੱਕ ਨਹੀਂ ਮੇਰੇ ਕੋਲ ਕਿਸੇ ਨੇ ਪੀਤੇ, ਸਾਰੇ ਮੇਰਾ ਬੜਾ ਮਤਲਬ ਸਤਿਕਾਰ ਕਰਦੇ ਨੇ ਕਿ ਕਮਰਧਾਰੀ ਸਿੰਘ ਹੋਣ ਕਰਕੇ, 23 ਸਾਲ ਤੋਂ ਬਰੇਸ਼ੀਆ ਦੇ ਸ਼ਹਿਰ ਦੇ ਵਿੱਚ ਹੀ ਹੋਣ ਕਰਕੇ ਸਾਰੇ ਪਸੰਦ ਕਰਦੇ ਨੇ, ਅਤੇ ਸਾਰੇ ਮੇਰੀ ਆਵਾਜ਼ ਬਣੇ ਹੋਏ ਨੇ, ਅਤੇ ਮੈਨੂੰ ਵੱਧ ਤੋਂ ਵੱਧ ਸਪੋਰਟ ਵੀ ਕਰਦੇ ਪਏ। ਹੋਰਨਾਂ ਮੂਲ ਦੇ ਲੋਕਾਂ ਨਾਲ, ਵਿਦੇਸ਼ੀਆਂ ਨਾਲ ਜਾਂ ਇਟਾਲੀਅਨ ਮੂਲ ਦੇ, ਕਿੰਨੇ ਕੁ ਤੁਹਾਨੂੰ ਲੱਗਦਾ ਵੀ ਕਿੰਨੇ ਕੁ ਲੋਕ ਤੁਹਾਨੂੰ ਵੋਟ ਪਾ ਸਕਦੇ? ਦੇਖੋ ਜੀ, ਜਿਸ ਤਰ੍ਹਾਂ ਦੇ ਜਿੰਨੇ ਕੁ ਤਾਂ ਮੇਰੇ ਲੋਕਾਂ ਨਾਲ ਲਿੰਕ ਨੇ ਇੱਥੇ 23 ਸਾਲ ਤੋਂ, ਮੈਨੂੰ ਆਸ ਹੈ ਕਿ ਜਿੰਨੀ ਕੁ ਵੋਟ ਮੈਨੂੰ ਇੰਡੀਅਨ ਸਾਡੇ ਦੇਣਗੇ ਨਾ, ਉਨੇ ਹੀ ਵੋਟ ਉਸ ਤੋਂ ਵੱਧ ਵੀ ਹੋ ਸਕਦੀ, ਜਿਹੜੇ ਇਟਾਲੀਅਨ ਜਾਂ ਗੈਰ ਮੁਲਕੀ ਹੋਰ ਮੁਲਕ ਨੇ ਉਹ ਵੀ ਮੈਨੂੰ ਮੇਰਾ ਸਾਥ ਦੇਣ ਨੂੰ ਤਿਆਰ। ਮੈਂ ਤੁਹਾਨੂੰ ਦੱਸ ਰਿਹਾ ਮੇਰੇ 5 ਸਾਲ ਤੋਂ ਲਿੰਕ ਚੱਲਦੇ ਪਏ ਨੇ, ਮੈਂ ਉਹਨਾਂ ਦੀਆਂ ਪਾਰਟੀਆਂ ਜਾਣਾ, ਮੀਟਿੰਗਾਂ ਜਾਣਾ, ਗੱਲਾਂ ਸੁਣਨੀਆਂ, ਕਫੇ ਸ਼ਫੇ ਪੀਣੇ, ਤੁਹਾਨੂੰ ਪਤਾ ਪਾਰਟੀਆਂ ਵਾਲੇ ਬੁਲਾਉਂਦੇ ਰਹਿੰਦੇ ਨੇ, ਮੈਂ ਜਾਂਦਾ ਰਿਹਾ ਵਾਂ, ਅਤੇ ਉਹਨਾਂ ਨੇ ਮੈਨੂੰ ਉਦੋਂ ਵੀ ਕਿਹਾ ਸੀ ਵੀ ਸਿੰਘ ਜੇ ਦੇਖ ਲਾ ਜੇ ਤੂੰ ਖੜਨਾ ਚਾਹੁੰਦਾ ਤਾਂ ਰਜੋਨੇ ਲੋਂਬਰਦੀਆ ਦੇ ਵਿੱਚ ਵੀ ਤੈਨੂੰ ਅਸੀਂ ਸਲਵੀਨੀ ਦੀ ਪਾਰਟੀ ਵੱਲੋਂ ਲੇਗਾ ਲੋਰ ਨੋਰਦਲੋਂ ਤੁਹਾਨੂੰ ਸੀਟ ਦਵਾ ਸਕਦੇ ਹਾਂ। ਪਰ ਜਦੋਂ ਮੈਨੂੰ ਪਤਾ ਲੱਗ ਗਿਆ ਸੀ ਵੀ ਸਾਡਾ ਨੌਜਵਾਨ ਬੱਚਾ ਖੜ ਗਿਆ, ਅਤੇ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਨਹੀਂ ਬਈ, ਅਸੀਂ ਇਹ ਚੰਗੀ ਗੱਲ ਨਹੀਂ ਹੈਗੀ, ਸਰਦਾਰ ਨਾਲ ਸਰਦਾਰ ਹੀ ਇਲੈਕਸ਼ਨ ਬਰਾਬਰ ਲੜੇ, ਉਹ ਚੰਗੀ ਗੱਲ ਨਹੀਂ, ਵੋਟਾਂ ਵੰਡੀਆਂ ਜਾਣਗੀਆਂ, ਅਤੇ ਇਸ ਕਰਕੇ ਉੱਥੇ ਮੈਂ ਨਾ ਕਰਕੇ, ਪਰ ਮੈਂ ਆਪਣੀ ਪੂਰੀ ਤਿਆਰੀ ਇੱਕ ਇਲੈਕਸ਼ਨ ਸਿੰਧ ਕੋਲੇ ਦੇ ਚੱਕਰ ਦੇ ਵਿੱਚ ਆਪਣਾ ਪੂਰਾ ਫੋਕਸ ਰੱਖਿਆ, ਆਪਣਾ ਪੂਰਾ ਧਿਆਨ ਰੱਖਿਆ, ਅਤੇ ਉਹਨਾਂ ਨੇ ਮੇਰੀ ਜਿਸ ਤਰ੍ਹਾਂ ਮੈਂ ਉਹਨਾਂ ਨੂੰ ਕਿਹਾ ਉਹਨਾਂ ਮੰਨਿਆ ਵੀ ਹੈ, ਕਿਉਂਕਿ ਮੈਂ ਮੇਨ ਮੁੱਦਾ ਮੇਰਾ ਇਹ ਸੀ ਇਹ ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮਾਂ ਨੇ ਸਾਡੀਆਂ, ਐਕਸਟਰਾ ਕੁਮਿੰਤਾਰੀਆਂ ਦੀਆਂ ਜਿਵੇਂ ਇਮੀਗ੍ਰਾਤੀਆਂ ਦੀਆਂ, ਅਤੇ ਉਹਨਾਂ ਨੂੰ ਇਹ ਵੀ ਸੀਟ ਨਹੀਂ ਮੈਂ ਤਰਲੇ ਕਰਕੇ ਨਹੀਂ ਲਈ, ਸੀਟ ਉਹਨਾਂ ਨੇ ਮੈਨੂੰ ਖੁਦ ਦਿੱਤੀ ਹੈ, ਪਰ ਮੈਂ ਲੈਣ ਤੋਂ ਪਹਿਲਾਂ ਉਹਨਾਂ ਨੂੰ ਇਹ ਕਿਹਾ ਸੀ ਕਿ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਮੈਂ ਸੀਟ ਲੈਣੀ ਹੈ, ਨਹੀਂ ਤਾਂ ਮੈਂ ਆਪਣੇ ਘਰ ਆਰਾਮਦਾਰੀ ਨਾਲ ਆਪਣਾ ਕੰਮ ਕਾਰ ਕਰਨਾ ਪਿਆ ਆਪਣਾ ਬੈਠਾ ਵਾਂ, ਅਤੇ ਉਹਨਾਂ ਨੇ ਮੈਨੂੰ ਪੂਰਾ 100% ਦਾਅਵਾ ਕੀਤਾ ਹੈ ਕਿ ਤੈਨੂੰ ਅਸੀਂ ਇਹ ਜਿਹੜੀਆਂ ਤੇਰੀਆਂ ਮੁਸ਼ਕਲਾਂ ਨੇ, ਤੇਰੀਆਂ ਇਕੱਲੇ ਦੀਆਂ ਨਹੀਂ, ਤੁਹਾਡੇ ਪੂਰੇ ਇਮੀਗ੍ਰਾਤੀ ਦੀਆਂ, ਨਹੀਂ ਇਕੱਲੇ ਇੰਡੀਅਨ ਦੀਆਂ ਨੇ, ਸਾਡੀ ਸਿੱਖ ਕਮਿਊਨਿਟੀ ਦੀਆਂ, ਹੋਰ ਵੀ ਸਾਰੇ ਨੇ ਇੱਥੇ, ਕਾਫੀ ਕੰਟਰੀਆਂ ਦੇ ਨੇ, ਸਾਰਿਆਂ ਵਾਸਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ। ਇੱਕ ਸਲਾਹਕਾਰ ਵਜੋਂ ਚੋਣ ਲੜਨ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਅੱਗੇ ਵਧਣ ਦੇ ਕਿੰਨੇ ਕੁ ਜ਼ਿਆਦਾ ਚਾਂਸਿਸ ਨੇ? ਦੇਖੋ ਜੀ, ਅੱਗੇ ਵਧਣ ਦੇ ਹਰ ਬੰਦਾ ਚਾਹੁੰਦਾ ਕਿ ਮੈਂ ਅੱਗੇ ਵਧਾਂ, ਮੇਰੇ ਵੀ ਸ਼ੌਂਕ ਨੇ ਕਿ ਮੈਂ ਅੱਗੇ ਵਧਾਂ, ਪਰ ਡਿਪੈਂਡ ਹੁਣ ਸਾਡੀ ਆਵਾਮ 'ਤੇ, ਸਾਡੀ ਸੰਗਤ 'ਤੇ ਹੈ, ਉਹ ਜਿੰਨਾ ਸਾਨੂੰ ਕਿੰਨਾ ਕੁ ਵੋਟ ਦਿੰਦੀ ਹੈ, ਕਿਉਂਕਿ ਦੇਖੋ ਮੈਂ ਇੰਨਾ ਕੁ ਕਰ ਸਕਦਾ ਸੀ, ਸੀਟ ਲਿਆ ਸਕਦਾ ਸੀ, ਮੈਂ ਸੀਟ ਲਿਆਉਂਦੀ ਹੈ, ਹੁਣ ਸਾਰੀ ਆਵਾਮ 'ਤੇ, ਸਾਰੀ ਜਨਤਾ ਦੇ ਸਿਰ 'ਤੇ ਹੈ, ਉਹ ਜਿੰਨਾ ਵੋਟ ਦੇਣਗੇ ਉਨਾ ਕੁ ਅੱਗੇ ਵੱਧ ਸਕਦੇ ਹਾਂ, ਉਹ ਉਹਨਾਂ ਦੇ ਹੱਥ ਵੱਸ ਹੈ, ਸਾਡੀ ਜਿੱਤ ਤਾਂ ਹੀ ਹੈ ਅਤੇ ਵੀ ਜੇ ਉਹ ਵੋਟ ਪਾਉਂਦੇ ਨੇ, ਵੋਟ ਪਾਉਂਦੇ ਨੇ ਅਤੇ ਸਾਡੀ ਜਿੱਤ ਉਹਨਾਂ ਦੀ ਵੀ ਜਿੱਤ ਹੀ ਹੈ। ਰਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਵੀ ਚਾਂਸਿਸ ਤਾਂ ਹੈਗੇ ਨੇ, ਤੁਸੀਂ ਵੀ ਸੀਟ ਲੈ ਕੇ ਇੱਥੇ ਆਏ ਹੋ, ਇਸ ਤੋਂ ਇਲਾਵਾ ਜਿਹੜੇ ਤੁਹਾਡੇ ਦਾਇਰੇ ਤੋਂ ਬਾਹਰ ਮੁੱਦੇ ਆਉਣੇ ਉਹਨਾਂ ਨੂੰ ਫਿਰ ਆਵਾਜ਼ ਉਠਾਉਣ ਲਈ ਤੁਸੀਂ ਕੀ ਪ੍ਰੋਗਰਾਮ ਬਣਾਇਆ? ਦੇਖੋ ਜੀ, ਜਿਹੜੇ ਸਾਡੇ ਦਾਇਰੇ ਤੋਂ ਬਾਅਦ ਨੇ ਉਹ ਅਸੀਂ ਪਹਿਲਾਂ ਇਹਨਾਂ ਸਿੰਧ ਗੁਣਾ ਗੱਲ ਹੀ ਕੀਤੀ ਹੈ, ਕਿਉਂਕਿ ਮੈਂ ਮੇਨ ਜਿਹੜੀ ਮੇਨ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਪਾਰਟੀ ਹੀ ਉਹ ਚੁਣੀ ਹੈ ਸਿੰਧ ਕੋ ਦੀ, ਜਿਹਨੇ ਪ੍ਰੋਪੀਓ ਸਿੰਧ ਕੋ ਬਣਨਾ ਹੈ, ਜਿਹਨੇ ਸਿੰਧ ਕੋ ਬਣਨਾ ਹੈ ਉਹਨੇ ਮੇਰੀ ਆਵਾਜ਼ ਜ਼ਰੂਰ ਸੁਣਨੀ ਹੈ, ਕਿਉਂਕਿ ਮੈਂ ਉਹਦਾ ਕੈਂਡੀਡੇਟ ਹਾਂ, 32 ਕੈਂਡੀਡੇਟ ਹਾਂ ਅਸੀਂ ਉਹਦੀ ਟੀਮ ਦੇ, ਜਿਹਨਾਂ ਵਿੱਚ ਮੈਂ ਵੀ ਹਾਂ, ਅਤੇ ਉਹਦੇ ਵਿੱਚ ਇੱਕ ਪਾਕਿਸਤਾਨੀ ਵੀ ਸਾਡਾ ਵੀਰ ਹੈਗਾ, ਅਤੇ ਸਾਡੀ ਦੋਵਾਂ ਦੀ ਵੀ ਆਪਸ 'ਚ ਵੀ ਗੱਲਬਾਤ ਅਸੀਂ ਕੀਤੀ ਸੀ ਵੀ ਸਹੀ ਹੈ ਮੁੱਦੇ, ਬਿਲਕੁਲ ਪਰਫੈਕਟ ਨੇ, ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਜਿਹੜੇ ਸਾਡੇ ਤੋਂ ਬਾਹਰ ਨੇ, ਜਿਸ ਤਰ੍ਹਾਂ ਲਾ ਲਓ ਕਹਿੰਦੇ ਨੇ ਵੀ ਨੈਸ਼ਨੈਲਿਟੀ ਦੀਆਂ ਵੀ ਨੇ, ਕਾਫੀ ਲੋਕਾਂ ਦੇ 4-4 ਸਾਲ ਹੋ ਗਏ ਨੇ ਫੈਲਾਂ ਪਈਆਂ ਨੇ, ਅਤੇ ਜਾਂ ਜਿਸ ਤਰ੍ਹਾਂ ਕਾਫੀ ਇਵੇਂ ਦੀ ਚੀਜ਼ਾਂ ਨੇ ਜਿਹੜੀਆਂ ਪਈਆਂ ਨੇ, ਜਿਵੇਂ ਜੰਮਦੇ ਬੱਚੇ ਨੂੰ ਨੈਸ਼ਨੈਲਿਟੀ ਮਿਲਣੀ ਚਾਹੀਦੀ ਹੈ, ਸਾਡੀ ਇਹ ਵੀ ਡਿਸਕਸ ਹੋਈ ਸੀ, ਪਰ ਉਹਦੇ ਵਿੱਚ ਸਿੰਧ ਕੋ ਨੇ ਕਿਹਾ ਸੀ ਕਿ ਇਹ ਸਾਡੇ ਦਾਇਰੇ 'ਚ ਨਹੀਂ ਹੈਗੇ, ਝੂਠਾ ਵਾਅਦਾ ਕਿਸੇ ਨਾਲ ਨਾ ਕਰਿਓ,
जिहड़े काम असीं कर सकदे वादा हुंदा ही करियो क्यों क्योंकि कल नूं असीं जे जित भी जाने आ ते असीं आम जनता दे विच विचरना है ते भी आने वाले टाइम से अगे भी इलैक्शन लड़ने ने नहीं कि एक इलैक्शन लड़ के आप बह जाना तो एक बार झूठ बोल के पर उन्हां वास्ते असीं सिर्फ एक ईमेल कर सकते हैं जिस तरह आप इंडिया कह दें एक लैटर दे सकते हैं मंग पत्र जिन्हों कह दें भी आप भेजा ऐ भी कि घड़ी घड़ी भेजा जो आप पावर होएगी तो आप भी फोर्स से करा पर 100% गरंटी नहीं लै सकते इस चीज़ की। जेकर गल करिए हुण तीन उम्मीदवार होर भी उम्मीदवार इस चोण विच खड़े ने तुहानू ही लोग जिहड़े ने साडे चाहे भारतीय भाईचारा जां पाकिस्तानी जां होर भी साडी कम्यूनिटियां दे लोग ने जिहड़े साडी पंजाबी बोली नू जाणदे ने जां सानू देखदे ने ओह तुहानू ही क्यों वोट पाउण? वोट इस तरह वीर जी सारे लोग जिहड़े ने उह साडा विहार देखदे ने क्योंकि मैं 23 साल जिवें इत्थे ब्रेशिया दे विच हो गए ने सारे ना चंगे लिंक ने कदे किसे ना साडी माड़ी नहीं किसे ना चंगी नहीं हर टाइम जे कोई मैनूं अद्धी रात नूं भी फोन करदा है ना कि भाजी फलानी थां ते जाणा ते मैं हर टाइम रेडी रहना वा मैनूं कई बार घर दे भी कहिंदे ने कहिंदे यार तू साडी ते पूरी सुनी नहीं ते बाहर भज जांदा मैं कहिंदा मैं ना जे किसे ने मैनूं याद कीता दुखी ये ते याद कीता सुखी ते कोई करदा ही नहीं ते दुखी हो के कोई याद करदा ते इस करके मैं हर इक नाल ही अपनी पूरी बना के रखी हुई मैं कदे किसे ने वगाड़ी नहीं अज तक। की अपील करूंगे अज अपने जिहड़े इत्थे ब्रेशिया दे विच भारतीय भाईचारा वसदा वा की अपील करनी चाहूंगे उन्होंने? मैं तो इन्हां दे सारयां दे अगे हाथ जोड़ के ये अपील करांगा कि वध तों वध मैनूं वोट दे के ते मैनूं जिताओ ते तुहाडियां जिन्नियां भी प्रॉब्लम जिस तरह परमेसर सजो ने जो भी प्रॉब्लम जिहड़ियां दसियां ने तीन मेन ने इन्हां दा 100% ही हल साडे हाथ है जे असीं जित जाने जे हार जाने तो फिर सारे असीं कुछ नहीं कर सकते तो मेरे हाथ जोड़ के बेनती है कि वध तों वध वोट दे के सानूं जिताओ ते सानू अगे लैके आओ ते असी चंगे काम करिए ते तुसी खुद आप ही अपने मूँह कहो कि जिस तरह असी पहला भी चंगे रहे हैं ते अगे भी चंगे बन के दिखाइए। तो ये सन बलविंदर सिंह जी जेडे कि ब्रेशिया कमूने दियां 14-15 मई नू होण जा रही वोटां दे विच उम्मीदवार बने हुए ने। होर ना खबरां दे लई देखते रहो D5 चैनल। मैं दलजीत मक्कड़ इटली तो। निडर हाँ, निरपक्ष हाँ, आजाद हाँ, सच कहां गल करांगे सियासी हवा दी होणगे हुकमराना नूं सिद्धे सवाल। सब तो पहला पहुंचावांगे तुहाडे तक सिर्फ सच्ची खबर। दसांगे कौन कर रहा है थोड़े ते सफर। विदेशां च बैठे पंजाबियां दे हक दी करांगे गल। कैनेडा दी हर सियासी खबर लेके आवांगे तुहाडे वल। उभरांगे पंजाब दी आवाज बन के। होणगे हर पहलू ते रोज चर्चे। खोलांगे अंदरूनी राज। बणांगे बुलंद आवाज। खेड सिक्ख्या सेहत खेती दी बात पावांगे। हर पिंड हर शहर जावांगे। मनोरंजन नाल जुड़े कलाकारां नाल करवावांगे मुलाकात। संघर्षां वाली जिंदगी ते मारांगे चाल। की ने साडे कानून फर्ज ते अधिकार। की करदी है साडी सरकार। की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल। धर्म धरोहर सेहत और संस्कृति की होगी बात। अब D5 चैनल हिंदी भी होगा सर। D5 चैनल पंजाबी अपनी धरती अपने लोग। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।